हेलो गाइस, वेलकम टू दी अनदर व्लॉग। की हाल चाल थोड़े सारे का? तो जिदा कहते बेसब्री ने इंतजार से व्लॉग्स, बहुत मैसेज आ रहे हैं कि डेली व्लॉग पाया करो। तो अज तो डेली व्लॉग की सीरीज शुरू होने लगी आ। यह होगी ट्रैवल बेस सीरीज होगी। अज का डे वन आ, तो असं चले घूमन कितने ये नहीं पता, बस चले हाँ। बैग बैग तैयार हो गया, देखो भैन दी सीरी लुई लुई वटौन वटून जहा पाया, भावें कहते फस्ट फस्ट कापी आ, बट स्टिल फीलिंग देखो, फीलिंग चेक करो मुंडे दी। ओए होए 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 ओए होए 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 पग देखो शराब या नहीं। टैन टैन दो बैग ने फकरां दे तुर के असी चलांगे। किथे चलांगे ए नहीं पता, ए नहीं पता जी। हेलो जी, ले भी रख रहा समान, चले हैं। हां भी अंकल किवें हैं? मड़ी मूंगफली का खवा यार। जल्दी जल्दी मॉन्स्टर पी लेता हूँ, बाकी सारा दिन फिर बगजोती भी तो करनी है। छुट्टी लैके असीं घूमण चले सीगे, यकीन ही गजब बेइज्जती है। ਰਵੀ ਗਾਇਸ ਇਹਨਾਂ ਨੇ ਕੀਤਾ ਮੇਰੀ ਡਰਾਈਵਰੀ ਨੂੰ ਚੜਾ, ਕਹਿੰਦੇ ਤੈਨੂੰ ਗੱਡੀ ਗੁੱਡੀ ਚਲਾਉਣੀ ਆਉਂਦੀ। ਗਾਇਸ ਇਹਨਾਂ ਨੂੰ ਕੌਣ ਦੱਸੇ, ਇਹਨਾਂ ਨੂੰ ਕੌਣ ਦੱਸੇ ਕਿ ਮੈਨੂੰ F1 ਵੱਲੋਂ ਆਫਰ ਆਉਂਦੇ ਹੁੰਦੇ ਸੀ? ਯੂ ਨੋ ਫਾਰਮੂਲਾ 1 ਰੇਸਿੰਗ ਸੁਣੀ ਹੋਣੀ ਤੁਸੀਂ, ਉਹਦੇ ਵਿੱਚ ਮੈਨੂੰ ਆਫਰ ਆਈ ਸੀ ਮੇਰੀ ਡਰਾਈਵਰੀ ਦੇਖ ਕੇ, ਠੀਕ ਆ, ਉਹ 'ਚ ਵੀ ਮੈਂ ਸਿਲੈਕਟ ਹੋ ਗਿਆ ਸੀਗਾ। ਗਾਇਸ ਮੇਰੀ ਗੱਲ ਸੁਣੋ, ਮੈਨੂੰ ਫਾਸਟ ਐਂਡ ਫਿਊਰੀਅਸ 'ਚ ਰੋਲ ਮਿਲ ਗਿਆ ਸੀਗਾ, ਬਸ ਅੰਗਰੇਜ਼ੀ ਜਾਂ ਤਾਂ ਡੈਡ ਸੀਗਾ, ਤਾਂ ਕਰਕੇ ਮੇਰਾ ਰੋਲ ਉਹਨਾਂ ਨੇ ਪੋਲ ਵਾਕਰ ਨੂੰ ਦੇ ਦਿੱਤਾ। ਅੱਜ ਦੇਖਿਆ ਆਸਮਾਨ ਦੀ ਉਚਾਈਆਂ 'ਚ ਆ ਉਹਦੀ ਡਰਾਈਵਰੀ, ਮਰ ਗਿਆ खड़ी खुड़ी का स्टेयरिंग नहीं चलानी है, चलानी अज मैं प्रूफ करके दिखाऊंगा 18-22 यार की 90 ਤੇ ਗੱਡੀ ਚਲਾਉਣ ਦੇ। ਮੇਰੇ ਕੋ ਹੁੰਦੀ ਨਾ 120 ਤੇ ਲਾਈ ਹੋਣੀ ਸੀ ਉਹਨਾਂ, ਹਾਂ ਇੱਥੇ ਆ ਪਾਈ ਵੀ ਕਿਤੇ ਹੋਰ ਹੋਣਾ ਸੀ। ਆਲਮੋਸਟ 3 ਵਜੇ ਲੱਗੀ ਆ ਤੇ ਕਹਿੰਦੇ ਜੀ ਫਾਸਟ ਸਟੇ, ਫਾਸਟ ਸਟੇ ਹੈ, ਪੈਸੇ ਏਟੀਐਮ ਤੋਂ ਕਢਾਉਣੇ ਨੇ। ਆਈ ਹੈਵ ਮਨੀ ਹੈਗੀ ਆ, ਕਹਿੰਦਾ ਆਈ ਹੈਵ ਮਨੀ ਬ్రో, ਆਈ ਹੈਵ ਮਨੀ, ਇਕੱਠੇ ਕਰ ਲੈਨੇ ਆ ਕੇ ਅਭੀ ਬਾਏ 1 ਗੈਟ 2 ਫ੍ਰੀ ਤਾਂ ਕਰਕੇ ਸਭ ਤੇ ਆਏ, ਨਹੀਂ ਤਾਂ ਅੱਜ ਕੋਈ ਆਪਾਂ ਉਧਰ ਵੀ ਜਾ ਸਕਦੇ, ਮੈਕਡੋਲੈਂਡ ਵੀ ਜਾ ਸਕਦੇ, ਪਰ ਨਹੀਂ ਮੈਕਡੋਲੈਂਡ ਮੈਕਡੋਲੈਂਡ ਗੱਲ ਹੋ ਗਈ। ਇਦਾਂ ਕਹਿੰਦੇ ਜੀ ਤੁਹਾਡੇ ਉਹ ਕੈਦੇ ਵਾਲੇ ਡਿਸਕਾਊਂਟ ਕੂਪਨ ਨਹੀਂ ਚੱਲਣੇ, ਕਹਿੰਦਾ ਸਾਡੇ ਕਹਿੰਦੇ ਚਲੋ ਯਾਰ, ਸਕੈਮ ਹੋ ਗਿਆ ਯਾਰ ਆਪਣੇ, ਬੱਸ ਸਟੈਂਡ ਤੋਂ ਲੈ ਸੀ ਨਾ ਤਾਂ ਕਰਕੇ। ਗਾਇਸ ਅੱਗੇ ਤੋਂ ਸਕੈਮਾਂ ਤੋਂ ਬਚੋ, ਕਿਉਂਕਿ ਜਿਹੜੇ ਕੈਦੇ ਵੇਚਦੇ ਹੁੰਦੇ ਨਾ ਡਿਸਕਾਊਂਟ ਕੂਪਨ ਵਾਲੇ, ਜੇ ਉਹ ਫਲਾਣਾ ਢੀਮਕਾ, ਕੁਛ ਨਹੀਂ ਹੁੰਦਾ। ਹੁਣ ਅਸੀਂ ਮੈਕਡੋਨਲਡ ਚੱਲੇ ਹਾਂ, ਲੈ ਵੀ ਗਾਇਸ ਮੈਕਡੋਨਲਡ ਲਾਏ ਸੀ, ਕਹਿੰਦੇ ਸਾਡੇ ਮਿਸਤਰੀ ਲੱਗੇ ਆ, ਕਹਿੰਦੇ ਬਾਅਦ 'ਚੋਂ ਆਇਓ। ਉਹ ਮੈਕਡੋਨਲਡ ਵਾਲੇ ਚਾਚੂ ਉੱਦਾਂ ਹੀ ਬੈਠੇ ਆ, ਕਹਿੰਦੇ ਦਿਹਾੜੀ ਵਾਲਿਆਂ ਨੂੰ ਵੇਖਣ ਡਿਆ ਸਹੀ ਕੰਮ ਕਰਦੇ ਪਏ ਕਿ ਨਹੀਂ ਕਰਦੇ ਪਏ। ਚਲੋ ਯਾਰ ਕੋਈ ਗੱਲ ਨਹੀਂ, ਅਜੇ ਦਿਨ ਹੀ ਮਾੜਾ ਯਾਰ, ਆਹ ਵੇ ਕਤੂਰਾ ਵੇਚ ਤਾੜਿਆ ਆਇਆ ਤੇ ਕਮਜ਼ੋਰ ਹੀ ਬਹੁਤ ਆ ਇਹ। ਹਾਂ ਓਏ ਚਲ ਤੇਰੇ ਨੂੰ ਹੱਟੇ ਕੱਟੇ ਉਹ ਵਾ ਜਿਹੜੇ ਉਹ ਬੈਠੇ ਲੂਟਰ। ਹੈਲੋ ਚਲੋ ਕਹਿੰਦੇ ਫਿਰ ਪੱਲਿਓ ਪੈਸੇ ਲਾ ਲਈਏ, ਵਾਪਸ ਸਭ ਆ ਗਏ ਆ ਯਾਰ ਜਲੀਲ ਹੋਣ ਤੋਂ ਬਾਅਦ। ਨੈਵਰ ਮਾਈਂਡ,
ਡੇਢ ਲੱਖ ਦੇ ਫੋਨ ਦੇ ਕੋਈ ਫਾਇਦਾ ਨਹੀਂ ਫਾਇਦਾ ਕੋਈ ਨਾ ਲਾਇਆ ਹੋਇਆ ਜ਼ਰਾ ਚੱਲ 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 ਮੈਂ ਤਾਂ ਕਰ ਲੈਣਾ ਤੂੰ ਭੱਜਣਾ ਡੇਢ ਲੱਖ ਵਾਲੇ ਫੋਨ ਦਾ ਇੱਕੋ ਹੀ ਫਾਇਦਾ ਮਿੱਤਰੋ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਇਹ ਪਿਛਲੀ ਵਾਰੀ ਕੀ ਹੋਇਆ ਸੀਗਾ ਉਹ ਡਰੌਪ ਟੈਸਟ ਲੱਗਦਾ ਹੈ ਬਰਥਡੇ ਮੈਂ ਨਯਾ ਮਿਲਣੇ ਵਾਲਾ ਹੈ 3 ਵਜ ਗਿਆ ਤੇ ਹੱਲੇ ਤੱਕ ਆਪਾਂ ਪੰਜਾਬ ਤੋਂ ਬਾਹਰ ਨਹੀਂ ਨਿਕਲੇ ਕਿਆ ਅੱਜ ਆਪਣਾ ਮੈਨੂੰ ਚਲਾਉਣ ਦਿਓ ਨਾ ਤੁਸੀਂ ਬਹੁਤ ਸਲੋ ਚਲਾਉਣੇ ਗੱਡੀ ਯਾਰ ਮੈਨੂੰ ਰੋ ਚਲਾਉਣ ਉਹਨੂੰ ਤੁਹਾਨੂੰ ਮੈਂ ਭੋਪਾਲ ਪੰਜਾ ਦੇਣਾ ਜੀ ਤਾਰਾ ਪਾਕਿਸਤਾਨ ਜਾਏਗਾ ਜਦੋਂ ਬਿੱਲ ਦੇਣੀ ਵਾਰੀ ਆਉਂਦੀ ਫੋਨ ਲਾ ਕੇ ਕੰਨ ਨਿਕਲ ਜਾਂਦਾ ਸਵਾਲ ਹੀ ਬਹੁਤ ਪੁੱਛਣ ਡੇ ਇਹਨੇ ਕੇਬੀਸੀ ਚ ਵੀ ਨਹੀਂ ਪੁੱਛਦੇ ਯਾਰ ਤੂੰ ਹਾਰ ਗਿਆ ਮੈਂ ਹਾਰ ਗਿਆ ਮੈਂ ਤਾਂ ਹੀ ਤੈਨੂੰ ਬੁਲਾਇਆ ਮੈਂ ਕਿਹਾ ਵੱਡੇ ਬੰਦੇ ਨੂੰ ਲੈ ਗਿਆ ਮੈਨੂੰ ਚੇਤਾ ਭੁੱਲ ਜਾਂਦਾ ਕੀ ਕਹਿਣਾ ਕੀ ਨਹੀਂ ਬ੍ਰੈਡ ਕਿਹੜਾ ਕਰਾਇਆ ਵਾ ਵਾਹ ਕਰਾਉਣਾ ਹੀ ਔਰਗੈਜ਼ਮ ਬ੍ਰੈਡ ਕਿਹੜਾ ਪਰਮ ਸਭ ਹਸਪੀਟਲ ਲੋ ਮਿੱਤਰੋ ਚੱਲੇ ਹਾਂ ਕੰਟੀਨਿਊ ਕਰਦੇ ਹਾਂ ਅੱਜ ਦਾ ਸਫ਼ਰ ਕੁਛ ਖਾਣ ਪੀਣ ਤੋਂ ਬਾਅਦ ਚੱਲੇ ਹਾਂ ਜੀ ਵਾਪਸ ਦੁਬਾਰਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਫੇਰ ਨਹੀਂ ਚਲਾਉਂਦੇ ਤੇ ਨਾ ਗੱਡੀ ਕੋਈ ਚੱਕਰ ਨਹੀਂ ਕਦੇ ਤਾਂ ਥੱਕੂੰਗਾ ਹੀ ਕਦੇ ਤਾਂ ਕਹੂੰਗਾ ਹੀ ਭਰਾ ਗੱਡੀ ਚਲਾ ਲਾ ਕਹੇਗਾ ਕੀ ਕਰਨਾ ਹਾਏ ਹੋਏ ਫੁੱਲ ਕਰ ਦੇ ਬਾਈ ਟੈਂਕੀ ਫੁੱਲ ਕਰਾਉਣ ਲੱਗੇ ਚਾਹ ਵੀ ਪਿਓਗੇ ਤੁਸੀਂ ਹੁਣ ਚਾਹ ਵੀ ਹੈ ਵਾਹ ਗਾਇਸ ਫਾਈਨਲੀ ਸਾਡਾ ਮਕਸਦ ਪੂਰਾ ਹੋ ਗਿਆ ਅਸੀਂ ਪਿੰਡੋਂ ਜੇ ਸੀ ਬੀ ਦੀ ਖੁਦਾਈ ਦੇਖਣ ਆਏ ਸੀ ਸਾਡੇ ਪਿੰਡ ਜੇ ਸੀ ਬੀ ਦੀ ਖੁਦਾਈ ਨਹੀਂ ਦੇਖਣ ਨੂੰ ਮਿਲਦੀ ਆ ਜਾਓ ਗਾ ਯਾਰ ਮੈਨੂੰ ਕਦੋਂ ਚਲਾਉਂਦੇ ਨਹੀਂ ਗੱਡੀ ਯਾਰ ਬਾਈ ਯਾਰ ਹੱਦ ਹੋ ਗਈ ਆ ਤੁਸੀਂ ਸਾਹ ਵੀ ਲੈ ਲਿਆ ਚੱਲ ਠੀਕ ਹੈ ਥੋੜ੍ਹੀ ਜਿਹੀ ਚਲਾਉਣ ਦੇ ਦਿਓ ਯਾਰ ਭਾਵੇਂ ਹੱਦ ਹੋ ਗਈ ਆ ਅੱਖਾਂ ਸੇਕ ਲਈ ਮਤਲਬ ਸੀਪੀ ਚਲੋ ਸੀਪੀ ਅਬ ਕੀ ਨੈਕਸਟ ਮੰਜ਼ਿਲ ਹੈ ਸੀਪੀ ਕਨੋਟ ਪਲੇਸ ਮੈਂ ਯਾਰ ਗਾਇਸ ਬੰਦਾ ਹਨਾ ਰੋਟੀ ਵਾਲੀ ਭੁੱਖ ਤਾਂ ਬੰਦਾ ਮਟਾ ਲੈਂਦਾ ਪਰ ਜਿਹੜੀ ਇਹ ਵਾਲੀ ਭੁੱਖ ਮੈਂ ਭਾਵੇਂ ਮੈਂ 5 ਮਿੰਟ ਚਲਾਉਣ ਦੋ ਚਲਾਉਣੀ ਆ ਗੱਡੀ ਮੈਂ ਅੱਜ ਸ਼ਰਤ ਲੱਗੀ ਆ ਤੇ ਮੈਂ ਮਾਮਾ ਲਿਫਟਾਂ ਮੰਗ ਮੰਗ ਜਾਣਾ ਆ ਸਕੂਟਰੀ ਤੇ ਜਾਣਾ ਵਾ ਲੈ ਕੇ ਤਾਂ ਇੰਨੇ ਹੀ ਜਾਣਾ ਨਾਲ ਚੱਲ ਯਾਰ ਉਹ ਤਾਂ ਵੱਡੇ ਬੰਦੇ ਦਾ ਹੌਸਲਾ ਹੀ ਹੁੰਦਾ ਕਿ ਹਾਂ ਵੀ ਜੇ ਡੇਢ ਹੋ ਗਿਆ ਚੱਕ ਲੂਗਾ ਬਸ ਇਸੇ ਕਰਕੇ ਤੈਨੂੰ ਗੱਡੀ ਨਹੀਂ ਬਣਾਉਣੀ ਉਹ ਮੈਂ ਹੁਣ ਟ੍ਰੇਨ ਹੋ ਗਿਆ ਯਾਰ ਕੀ ਯਾਰ ਤੁਸੀਂ ਸਮਝਦੇ ਨਹੀਂ ਹੈਗੇ ਮੇਰਾ ਲਾਇਸੈਂਸ ਵੀ ਬਣ ਗਿਆ ਹੈਵੀ ਪੈਸੇ ਦੇ ਕੇ ਬਣਾਇਆ ਪੈਸੇ ਦੇ ਕੇ ਨਹੀਂ ਬਣਾਇਆ ਬਣਾਇਆ ਆਪਦੇ ਦਮ ਦੇ ਟੈਸਟ ਦਿੱਤਾ ਹੈਗਾ ਸੁਣ ਲਓ ਜੇ ਕੋਈ ਆਰਟੀਓ ਵਾਲਾ ਦੇਦਾ ਵਾ ਚੈੱਕ ਕਰਾਵੇ ਇਹਦਾ ਆਰਟੀਓ ਵਾਲਾ ਨੇ ਦਿੱਤਾ ਟੈਸਟ ਐਚਆਈਵੀ ਦਾ ਦਿੱਤਾ ਸੀ ਵਾਹ ਕਿੱਦਾਂ ਤੁਰਨੇ ਹੋਏ ਹੋਏ ਯਾਰ ਤੁਸੀਂ ਭਰਾ ਹੋ ਮੇਰੇ ਮਨ ਤਾਂ ਗੱਡੀ ਮੰਗਦਾ ਬਗਾਨੇ ਬੰਦੇ ਦੀ ਗੱਡੀ ਤੇ ਤਾਂ ਮੈਂ ਪੈਰ ਵਾ ਨਾ ਪਾਵਾਂ ਮਹਿੰਦਾ ਹੀ ਹੁੰਦਾ ਵਾ ਮਹਿੰਦਾ ਹੀ ਹੁੰਦਾ ਬਸ ਚੱਕ ਕੇ ਭਾਰਨ ਗੱਲ ਵੱਖਰੀ
ਪਤਾ ਕੀ ਗੱਲ ਬਾਬੇ ਹੁਣ ਗੱਡੀ ਤੇ ਇਹਨਾਂ ਨੇ ਚਲਾਉਣ ਦਿੱਤੀ ਨਹੀਂ ਹੁਣ ਮੈਂ ਕਿਹਾ ਚਲੋ ਦਿਲ ਤੇ ਪੱਥਰ ਰੱਖ ਕੇ ਇੰਨੀ ਗੱਲ ਤਾਂ ਕਹਿ ਦਈਏ ਕਿ ਨਾ ਚੱਲ ਮੈਂ ਅਰੈਸਟ ਕਰਦਾ ਬਾਬਿਓ ਐਕਚੁਅਲੀ ਪੂਰੇ ਆਈ ਮੀਨ ਟੂ ਸੇ 7-8 ਘੰਟੇ ਹੋ ਗਏ ਡਰਾਈਵ ਕਰਦਿਆਂ ਨੂੰ ਇਹਨਾਂ ਨੂੰ ਮੈਂ ਥੱਕ ਗਿਆ ਬਹੁਤ ਜ਼ਿਆਦਾ ਇੰਨਾ ਮੈਂ ਕਦੀ ਸਫ਼ਰ ਨਹੀਂ ਕੀਤਾ ਤਾਂ ਕਰਕੇ ਚਲਾਓ ਤੁਸੀਂ ਚਲਾਓ ਗੱਡੀ ਮੈਂ ਇੱਥੇ ਯਾਰ ਯੂ ਨੋ ਓ ਮਾਈ ਗੋਡ ਮਤਾ ਹੀ ਦੋ ਯਾਰ ਸੀਟੀ ਛੁੱਟੀ ਮਾਰ ਕੇ ਕਿੰਨਾ ਟਾਈਮ ਹੋ ਗਿਆ 8 ਘੰਟੇ ਹੋ ਗਏ ਅੱਛਾ ਮੋੜਨਾ ਵਾ ਕਿੱਥੇ ਮੂਤਾਂਗੇ ਫਿਰ ਆਪਾਂ ਯਾਰ ਸੁਲਭ ਸੀ ਚਾਲੇ ਲੱਭੀ ਹੈ ਕੋਈ ਆਪਾਂ ਹੁਣ ਜਾਣਾ ਕਿੱਥੇ ਆ ਆਪਾਂ ਆਗਰੇ ਵੱਲ ਜਾਣਾ ਅੱਛਾ ਆਗਰੇ ਜਾਣਾ ਆਪਾਂ ਪਹੁੰਚ ਗਏ ਦਿੱਲੀ ਆਪਾਂ ਦਿੱਲੀ ਗਾਜ਼ੀਆਬਾਦ ਗਾਜ਼ੀਆਬਾਦ ਵੱਲ ਨੂੰ ਨਿਕਲ ਜਾਣਾ ਆਪਾਂ ਓਕੇ ਗਾਇਸ ਇਹ ਮੂਤਨੇ ਨਹੀਂ ਦੇ ਰਹੇ ਮੈਂ ਮਿੱਤਰੋ ਖਿੱਚ ਧੂ ਕੇ ਸਵੇਰ ਦੇ ਹੁਣ ਪਹੁੰਚੇ ਅਸੀਂ ਦਿੱਲੀ ਵਾਲੀ ਸਾਈਡ ਕੇ ਇੱਥੇ ਗ੍ਰੇਟਰ ਨੋਇਡਾ ਆ ਗ੍ਰੇਟਰ ਨੋਇਡਾ ਨਾ ਵੀ ਬੜਾ ਔਖਾ ਆ ਯਾਰ ਗਾਈਸ ਥੋੜ੍ਹਾ ਜਿਹਾ ਆਪਾਂ ਜੀ ਐਨ ਗਾਵਾਂਗੇ ਗਾਈਸ ਹਮ ਜੀ ਐਨ ਪਹੁੰਚ ਗਏ ਹੈ ਔਰ ਅਬ ਢੂੰਡ ਰਹੇ ਹੈ ਕਾਫੀ ਕੁਫੀ ਪੀਣੇ ਕੋਈ ਦੁਕਾਨ ਕੋਈ ਬਤਾ ਸਕਦਾ ਕੋਈ ਬਤਾ ਸਕਦਾ ਹੈ ਮਤਲਬ ਹੁਣ ਉਦੋਂ ਤੱਕ ਤਾਂ ਦੱਸ ਹੀ ਦੇਣਾ ਉਹਨਾਂ ਨੇ ਵੀ ਉਦੋਂ ਤੱਕ ਵਲੌਗ ਪੈਣਾ ਸਕਿਉਰਿਟੀ ਯਾਰ ਆਹ ਮੈਨੂੰ ਸੁਨਸਾਨ ਜਿਹਾ ਲੱਗਣ ਦਾ ਜਿੱਦਾਂ ਭੂਤਾਂ ਦੀ ਫਿਲਮ ਦੀ ਸ਼ੂਟਿੰਗ ਨਹੀਂ ਹੋਣੀ ਹੁੰਦੀ ਇੱਥੇ ਤੁਰੇ ਪਏ ਤੇ ਟਾਈਮ ਹੋ ਗਿਆ ਪੂਰੇ 9:30 ਹਾਂ ਵੀ 9:30 ਹੋ ਗਏ ਬਚੀ ਜਾਣ ਕਿ ਨਹੀਂ ਮੇਰੇ ਤਾਂ ਫੁੱਲ ਆ ਮੇਰਾ ਬਹੁਤ ਪ੍ਰੈਸ਼ਰ ਬਣਿਆ ਮੈਨੂੰ ਬਸ ਕਿਤੇ ਮੈਨੂੰ ਸੀਟੀ ਮਾਰ ਕੇ ਮਤਾ ਸਕਦੀ ਆ ਚਲੋ ਆਇਆ ਯਾਰ ਆਹ ਪਤਾ ਨਹੀਂ ਕਿੱਦਾਂ ਦਾ ਸਟਾਰਬਕਸ ਆ ਗਿਆ ਯਾਰ ਇੱਥੇ ਜਾਂਦੇ ਆ ਕਹਿੰਦੇ ਰੁਪਈਏ ਭਾਵੇਂ 2 ਵੱਧ ਲਾ ਜਾਣ ਤਾਂ ਕਾਫੀ ਪੀਣੀ ਤਾਂ ਸਟਾਰਬਕਸ ਦੀ ਪੀਣੀ ਆ ਕੀ ਕਹਿੰਦਾ ਇੰਨਾ ਲੈਟ ਨਹੀਂ ਹੈਗੀ ਸਟਾਰਬਕਸ ਦੇਖ ਲਓ ਪਹਿਲਾਂ ਸਟਾਰਬਕਸ ਆ ਭੈਣ ਜਿੱਦਾਂ ਚੂਤੀ ਜਿੱਦਾਂ ਭੂਤੀਆ ਨਹੀਂ ਸਵਾਦ ਤੈਨੂੰ ਮਹਿੰਗੀ ਬਹੁਤ ਆ ਮਹਿੰਗੀ ਬਹੁਤ ਆ ਭਾਜੀ ਡੋਮੀਨੋਸ ਦੇ ਵੀ ਲਾਦਾ ਸ਼ਟਰ ਸੱਟੇ ਹੋਏ ਆ ਸ਼ਕੜਾ ਹੀ ਲਾਂਤੀਆਂ ਮਿੱਤਰੋ ਸਾਡੀਆਂ 564 ਡੋਰੀਮੋਨ ਪੈਸੇ ਵਾਲਾ ਗੈਜਟ ਨਿਕਾਲੋ 2222 ਗਾਈਸ ਫਾਈਨਲੀ ਸਟਾਰਬਕਸ ਤੋਂ ਆਪਾਂ ਨੂੰ ਮਿਲ ਗਿਆ ਸੀ ਕੈਰੇਮਲ ਫਰੈਪੇ ਐਂਡ ਹਿਟਰ ਵਿਲ ਸੇ ਦਿਸ ਇਜ਼ ਲਾਈਮ ਵਾਟਰ ਬਟ ਨੋ ਸਟਾਰਬਕਸ ਆਰ ਗੁੱਡ ਯੂ ਨੋ ਸਟਾਰਬਕ ਇਜ਼ ਗੁੱਡ ਹੁੰਦਾ ਕਿ ਆਰ ਗੁੱਡ ਹੁੰਦਾ ਪਤਾ ਨਹੀਂ ਕੁਛ ਕਹਿ ਜਿੱਦਾਂ ਅੰਗਰੇਜ਼ੀ 'ਚ ਸਮਝ ਨਹੀਂ ਆਉਣ ਡੀ ਮੈਂ ਵੀ ਕੀ ਚਵਲ ਮਾਰੀ ਆ ਮਿੱਤਰੋ ਰਹਿ ਗਿਆ ਸਿਰਫ 40 ਕਿਲੋਮੀਟਰ ਪਹੁੰਚ ਲਿਆ ਆਪਣੀ ਡੈਸਟੀਨੇਸ਼ਨ ਤੇ ਮੈਂ ਕਹਿੰਦਾ ਸੀਗਾ ਇੱਥੇ ਕਦੇ ਦਿੱਲੀ ਰੁਕ ਜਾਂਦੇ ਹਾਂ ਪਰ ਨਹੀਂ ਮੈਂ ਕਿਹਾ ਇੱਕ ਵਾਰੀ ਤੁਰ ਪਏ ਹਾਂ ਤੋ ਮੰਜ਼ਿਲ ਪਾਕਰ ਰਹੇਗੇ ਆਹ ਮੰਜ਼ਿਲ ਦੂਰ ਨਹੀਂ ਆਗਰਾ ਫੇਰ ਵੀ ਕੰਮ ਮੈਂ ਨੀ ਗਿਆ ਅੱਛਾ ਫਿਰ ਠੀਕ ਆ ਮੈਨੂੰ ਪਤਾ ਲੱਗ ਗਿਆ ਆਪਾਂ ਮਥੁਰਾ ਟੱਪ ਗਏ ਆ ਅੱਛਾ ਜੀ ਹੈ ਮਥੁਰਾ ਯੋਰ ਕੀ ਆ ਮਥੁਰਾ ਨਹੀਂ ਆ ਸੜਾ ਕਥੂਰਾ ਹੁੰਦਾ ਕਥੂਰਾ ਅੱਛਾ ਠੀਕ ਆ ਓ ਮਥੁਰਾ ਓ ਪਰ ਆ ਮਥੁਰਾ ਹੀ ਗਿਆ ਹੀ ਮੈਂ ਕੀ ਗਿਆ ਕਥੂਰਾ ਓ ਪਰ ਆ ਓ ਮਥੁਰਾ ਗਿਆ ਭਰਾਵਾ ਆਦੂ ਕੀ ਆ
अगरे पहुंच गए अभी मित्रों ते हो करिए स्टे पूरे 11-12 घंटे यू नो गड्डी च बह के बोर हो गए। हाँ जी आमची मुंबई सपनों का शहर। आगरे रुक गया मित्रों कहते सवेरे ताज महल देख के जाना चोबरा ने। वाह ताज वाह। गाइस टाइम हो गया 12 बज गए ते आपा स्टे किथे लिया जी आगरे। हेलो सर कैसा लग रहा है आगरा में आकर? सर कैसा लग रहा है आगरा में आकर? कुछ भी नहीं लग रहा भाई, कुछ नहीं लग रहा। ये बंदा ठंडा रिएक्शन, जे तू रिएक्शन चैनल खोल लिया ना तेरा चैनल ऑलरेडी डेड है, मैं प्रेडिक्शन कर दिया भरावा। हां जी सर जी दसो। बहुत वधिया ये दूजी कह साडे घरे भी हैगी ताजमहल चाह पत्ती नहीं रखी यार प्यार दा प्रतीक। हेलो हाय कैन आई हेल्प यू? हाँ जी सर हमने तो कुछ किया भी नहीं। हाँ पानी की बोतल टू ले आना। ओए एक आ गई है, एक चाहिए। अच्छा एक और चाहिए? एक ही चाहिए। अच्छा ये वन मोर चिल्ड वाटर। एक चाहिए वन मोर। हाँ जी एक चिल्ड चिल्ड। कोई चक्कर नहीं सर पावे 52 भी होए। सर पंजाब से आए हैं ऐसे कही है। चलो ठीक है सर ओके। अंदर चंगा हुंदा सी पशुआं वाला उत्थे आपां इंडिया च रहिंदे रहे आ वी जिहदा ओह वधिया रहि लैंदे सीगे। ਚਲੋ ਗਾਇਸ ਫਾਈਨਲੀ ਆਪਾਂ ਪਹੁੰਚ ਗਏ ਆਪਣੇ ਰੂਮ ਦੇ ਵਿੱਚ। ਟਾਈਮ ਹੋ ਗਿਆ ਜੀ 12:30। ਵਲੌਗ ਆਪਾਂ ਕਰਾਂਗੇ ਬਾਅਦ ਚ ਐਡਿਟ, ਪਰ ਪਹਿਲਾਂ ਨੈਟਫਲਿਕਸ ਦੇਖ ਲਈਏ। ਕਹਿੰਦੇ ਸਕੁਇਡ ਗੇਮ ਬਹੁਤ ਜ਼ਿਆਦਾ ਫੇਮਸ ਚੱਲਣ ਡਈ ਆ। ਮੈਂ ਕੀਤਾ ਸ਼ੁਰੂ ਦੂਜੇ ਐਪੀਸੋਡ ਦੇ ਆ ਅਤੇ ਹੁਣ ਮੈਂ ਦੇਖਣ ਲੱਗਾ ਨੈਟਫਲਿਕਸ। ਗੁੱਡ ਨਾਈਟ ਸਾਰਿਆਂ ਨੂੰ।